ਇੱਥੇ ਸਾਡੇ ਕੋਲੇ ਰਤਨ ਸਿੰਘ ਜੀ ਕਾਕੜ ਕਾਂ ਪਾਰਟੀ ਦੇ ਵਿਧਾਇਕ ਨੇ ਉਹ ਵੀ ਪਹੁੰਚੇ ਹੋਏ ਨੇ ਇਸ ਸੋਗਮਈ ਜਿੱਥੇ ਆਪਾਂ ਪਹੁੰਚੇ ਹੋਏ ਹਾਂ ਇਸ ਗਰਾਊਂਡ ਦੇ ਵਿੱਚ ਔਰ ਤੁਹਾਨੂੰ ਤਾਜ਼ੀ ਤਸਵੀਰ ਇੱਥੋਂ ਦੀਆਂ ਦਿਖਾ ਰਹੇ ਹਾਂ ਰਤਨ ਸਿੰਘ ਜੀ ਕਾਕੜਕਲਾ ਕਾਕੜਕਲਾ ਜੀ ਸਭ ਤੋਂ ਪਹਿਲਾਂ ਸਾਡੇ ਦੀਪਦਮਨ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਕੀ ਕਹਿਣਾ ਕੀ ਕਹਿਣਾ ਚਾਹੁੰਦੇ ਅੱਜ ਦੇ ਸੋਗਮਈ ਇਹਨਾਂ ਆਪਾਂ ਇਕੱਠ ਦੇ ਵਿੱਚ ਤੁਸੀਂ ਆ ਗਏ ਸਾਰੇ ਜਣੇ ਇਕੱਠ ਦੇ ਵਿੱਚ ਕੀ ਕਹਿਣਾ ਜੀ ਅਸੀਂ ਆਪਣਾ ਹੀਰਾ ਗਵਾ ਚੁੱਕੇ ਹਾਂ ਸੰਦੀਪ ਸੰਦੀਪ ਸਿੰਘ ਨੰਗਲੰਬੀਆਂ ਦੇ ਰੂਪ ਦੇ ਵਿੱਚ ਜਿਹੜਾ ਘਾਟਾ ਪੂਰਾ ਨਹੀਂ ਹੋ ਸਕਦਾ ਸੰਦੀਪ ਸਿੰਘ ਦੇ ਬਾਪ ਚੰਗੇ ਸ਼ਰੀਰ ਵਾਲੇ ਹਜੇ ਹੈਗੇ ਆ ਉਹਨਾਂ ਦੇ ਮੁੰਡਿਆਂ ਤੇ ਜਦੋਂ ਅਰਥੀ ਚੱਕ ਹੋਣੀ ਆ ਤੇ ਉਹਨਾਂ ਦਾ ਦੇਲੀ ਜਾਣਦਾ ਕਿ ਉਹਨਾਂ ਨੂੰ ਕਿੱਡਾ ਵੱਡਾ ਬੋਝ ਉਹਨਾਂ ਤੇ ਪੈ ਗਿਆ ਉਹਦੇ ਪੁੱਤੇ ਆ ਦੋ ਸੰਦੀਪ ਸਿੰਘ ਦੇ ਲੜਕੇ ਉਹਦੀ ਵਾਈਫ ਉਹਦੇ ਭਰਾ ਸੰਦੀਪ ਸਿੰਘ ਦੇ ਭਤੀਜੇ ਸਾਰਿਆਂ ਨੂੰ ਏਡੀ ਵੱਡੀ ਛੱਟ ਵੱਜੀ ਆ ਜਿਹੜੀ ਬਰਦਾਸ਼ਤ ਕਰਨ ਤੋਂ ਬਾਹਰ ਆ ਤੇ ਨਾਲ ਦੀ ਨਾਲ ਸ਼ਾਹਕੋਟ ਦੇ ਇਲਾਕਾ ਨਿਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਏਡੀ ਵੱਡੀ ਛੱਟ ਵੱਜੀ ਆ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਕਿ ਹੋ ਜਾ ਉਹਨਾਂ ਦਾ ਦਿਲ ਹੋਊਗਾ ਜਿਨ੍ਹਾਂ ਨੇ ਗੋਲੀਆਂ ਚਲਾ ਕੇ ਸੰਦੀਪ ਵਰਗੇ ਹੀਰੇ ਨੂੰ ਮਿੱਟੀ ਬਣਾਤਾ ਤੇ ਮੈਂ ਸਮਝਦਾ ਵੀ ਅਸੀਂ ਆਮ ਆਦਮੀ ਵਿੱਚ ਪਾਰਟੀ ਵਿੱਚ ਰਹਿੰਦੇ ਹੋਏ ਅਸੀਂ ਅੱਜ ਆਪਣੇ ਆਪ ਨੂੰ ਵੀ ਸਮਝਦੇ ਹਾਂ ਕਿ ਸਾਡੀ ਸਰਕਾਰ ਅਜੇ ਸ਼ੁਰੂ ਹੀ ਨਹੀਂ ਸੀ ਹੋਈ ਤੇ ਜਿੱਦਣ ਇਹਦੇ ਤੇ ਗੋਲੀਆਂ ਚੱਲ ਗਈਆਂ ਲੋਕ ਸਾਨੂੰ ਕੀ ਕਹਿਣਗੇ ਵੀ ਅਜੇ ਆਮ ਆਦਮੀ ਪਾਰਟੀ ਆਈ ਨਹੀਂ ਤੇ ਗੋਲੀਆਂ ਲੋਕਾਂ ਨੇ ਚਲਾਤੀਆਂ ਤੇ ਉਧਰੋਂ ਭਗਵੰਤ ਮਾਨ ਜੀ ਨੇ ਕਹਿ ਦਿੱਤਾ ਵਾ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਇਹ ਬਦਮਾਸ਼ ਆ ਇਹ ਫੜੇ ਜਾਣ ਤੇ ਇਹਨਾਂ ਨੂੰ ਮਾਫ ਨਹੀਂ ਕੀਤਾ ਜਾਊਗਾ ਫੜ ਕੇ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਆ ਸੰਦੀਪ ਸਿੰਘ ਦੇ ਪਰਿਵਾਰ ਨੂੰ ਕਿ ਆਮ ਆਦਮੀ ਪਾਰਟੀ ਜਿਹੜੀ ਆ ਇਹ ਫੜ ਕੇ ਦੋਸ਼ੀਆਂ ਨੂੰ ਤੇ ਸਖਤ ਤੋਂ ਸਖਤ ਸਜ਼ਾ ਦੇਊਗੀ ਤੇ ਇਨਸਾਫ ਦਿਵਾਊਗੀ ਪਿਛੇ ਮੌਦਾ ਕਾਰਨ ਕੀ ਹੋ ਸਕਦਾ ਵਾ ਐਵੇਂ ਕਿਸੇ ਤੇ ਗੋਲੀ ਤਨੀ ਚਲਾਈ ਜਾਸੀ ਕਿ ਰੰਜਸ ਸੀ ਤੁਹਾਨੂੰ ਸ਼ਾਇਦ ਪਤਾ ਹੋਵੇ ਤੁਸੀਂ ਇੱਥੋਂ ਦੇ ਹੋਣਾ ਇੱਕ ਆਗੂ ਹੋ ਸ਼ਾਇਦ ਤੁਹਾਨੂੰ ਕਿਸੇ ਗੱਲ ਦਾ ਪਤਾ ਲੱਗੂ ਕਿ ਉਹਨਾਂ ਦੀ ਰੰਜਸ ਕੀ ਸੁਣੀ ਜਾ ਰਹੀ ਹੈ ਪ੍ਰਸ਼ਾਸਨ ਦਾ ਸਕਦਾ ਇਸ ਗੱਲ ਦਾ ਅਸੀਂ ਤੇ ਹੁਣ ਕੀ ਕਹਿ ਸਕਦੇ ਆ ਵੀ ਗਰਾਊਂਡ ਦੇ ਵਿੱਚ ਆ ਕੇ ਗੋਲੀਆਂ ਚਲਾ ਦੇਣੀਆਂ ਪਬਲਿਕ ਦੇ ਵਿੱਚ ਤੇ ਬਹੁਤ ਕਾਨੂੰਨੀ ਹਰਕਤ ਕੀਤੀ ਹੈ ਜਿਸ ਬੰਦੇ ਨੇ ਵੀ ਇਹ ਕੀਤੀ ਆ ਤੇ ਉਹਨੂੰ ਬਖਸ਼ਿਆ ਨਹੀਂ ਜਾਊਗਾ ਤੇ ਥੋੜੇ ਟਾਈਮ ਦੇ ਵਿੱਚ ਹੀ ਉਹ ਪਾਣੀ ਦਾ ਪਾਣੀ ਦੁੱਧ ਦੁੱਧ ਪਾਣੀ ਦੁੱਧ ਦਾ ਦੁੱਧ ਹੋ ਜਾ ਬਹੁਤ ਵਧੀਆ ਸਨ ਰਤਨ ਸਿੰਘ ਜੀ ਕਾਕੜ ਕਾਲਾ ਜਿਨ੍ਹਾਂ ਨੇ ਆਪਣੇ ਦੱਸਿਆ ਕਿ ਜਿਹੜੀ ਸਾਡੀ ਸਰਕਾਰ ਹੁਣ ਆ ਚੁੱਕੀ ਆ ਸਾਡੀ ਸਰਕਾਰ ਅਜੇ ਆਈ ਨਹੀਂ ਸੀਗੀ ਅਜੇ ਭਗਵੰਤ ਮਾਨ ਜੀ ਨੇ ਉਦੋਂ ਸੌ ਚੱਕ ਸਮਾਗਮ ਸੀਗਾ ਅਜੇ ਵੀ ਜਿਹੜੇ ਉਹਨਾਂ ਦੇ ਛੋਟੇ ਮੰਤਰੀ ਨੇ ਜਿਹੜੇ ਉਹ ਸੌਂ ਚੁੱਕ ਰਹੇ ਨੇ ਅਜੇ ਵੀ ਸਰਕਾਰ ਅਜ ਆਪਣੇ ਪੈਰਾਂ ਸਰਤੇ ਨਹੀਂ ਹੋਈ ਪਰ ਜਦੋਂ ਸਰਕਾਰ ਪੈਰਾਂ ਸਰਤੇ ਹੋ ਜਾਂਦੀ ਹੈ ਤੇ ਇਦਾਂ ਦੀ ਘਟਨਾ ਕੋਸ਼ਿਸ਼ ਹੋਗੀ ਇਦਾਂ ਦੀ ਘਟਨਾ ਜਿਹੜੀ ਆ ਕਦੇ ਬਣਾ ਵਾਪਰੇ ਤੁਹਾਨੂੰ ਤਾਂ ਦੀਆਂ ਤਸਵੀਰਾਂ ਇੱਥੋਂ ਦੀਆਂ ਦਿਖਾਉਦੇ ਰਾਵਾਂਗੇ ਦੇਖਦੇ ਰਹੋ ਦੀਪ ਦਾ ਮੰਟੀ ਵੀ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ